ਸਾਨੂੰ ਕਿਲੇ ਦੇ ਮਾਣ ਹੈ। ਮੈਂ ਵਰ ਚੰਗੇ ਨਾਲ ਮੰਗੀ ਹਾਂ, ਜਿਹੜਾ ਮੇਰਾ ਵਰ ਹੈ ਨਾ ਉਹਦੇ ਜਿਹਾ ਕੋਈ ਵੀ ਸੰਸਾਰ ਚ, ਕੋਈ ਰਿਸ਼ੀ ਕੁੜੀ ਅਵਤਾਰ ਪੀਰ ਪਕੰਬਰ ਸਮੇਂ ਸਮੇਂ ਦੇ ਅਵਤਾਰ ਹੁੰਦੇ ਨਮਿਤ ਅਵਤਾਰ। ਰਾਮਕ੍ਰਿਸ਼ਨ ਗੁਰੂ ਨਾਨਕ ਸਾਹਿਬ ਜੀ ਨਮਿਤ ਅਵਤਾਰ, ਇੱਕ ਨਿਤ ਅਵਤਾਰ ਉਹ ਬਾਬਾ ਗੁਰਨਾਥ ਸਿੰਘ ਜੀ ਨਿਤ ਅਵਤਾਰ। ਸਾਹਿਬ ਦੇ ਰੰਗ ਵਿੱਚ ਰੰਗੀਆਂ ਰੂਹਾਂ ਹੁੰਦੀਆਂ, ਬਖਸ਼ੀਆਂ ਹੋਈਆਂ, ਜਿਨ੍ਹਾਂ ਨੂੰ ਸਾਈ ਦਾ ਹੀ ਰੰਗ ਚੜਿਆ। ਜਿਨ੍ਹਾਂ ਦਾ ਸਿਮਰ ਸੇਵਾ ਦੇ ਨੇਮ ਨੇ, ਨੇਮ ਨੇ ਜ਼ਿੰਦਗੀ ਦੇ, ਸਾਰੀ ਉਮਰਾਂ ਦੇ ਨੇਮ ਕਰ ਜਾਂਦੇ। ਮੇਰੇ ਨਾਨਕਿਆਂ ਦਾ ਘਰ ਆ ਨਾਲ ਹੀ ਇੱਥੇ, ਸਾਡੇ ਨਾਨਾ ਜੀ ਉਹਨਾਂ ਨੇ ਸਵੇਰ ਸ਼ਾਮ ਦਾ ਇੱਥੋਂ ਦਾ ਨੇਮ ਨਹੀਂ ਛੱਡਿਆ ਸੀ ਪੂਰੀ ਜ਼ਿੰਦਗੀ ਆਪਣੀ ਇੱਥੋਂ ਦੇ ਨੇਮ ਵਿੱਚ ਨਿਭਾਈ। ਕਥਾ ਕੀਰਤਨ ਸੁਣਨਾ, ਸ਼ਾਮ ਨੂੰ ਹਾਜ਼ਰੀ ਭਰਨੀ, ਨਾਲ ਹੀ ਦੁਕਾਨ ਸੀ ਮਾਤਾ ਜੀ ਦੇ ਘਰ ਦੇ ਨਾਲ ਹੀ ਦਿੱਲੇ ਪਾਸੇ। ਇਸ ਤਰ੍ਹਾਂ ਬੜੀਆਂ ਰੂਹਾਂ ਨੇ ਜਿਹੜੀਆਂ ਆਪਣੀ ਪੂਰੀ ਜ਼ਿੰਦਗੀ ਆਪਣਾ ਨੇਮ ਕਰ ਜਾਂਦੀਆਂ। ਪੂਰੀ ਜ਼ਿੰਦਗੀ ਐਵੇਂ ਬਣਾਓ, ਖੋਟਿਆ ਸਮਾਜ ਗੁਜਰੀ ਪਿਆ, ਨੇਮ ਬਣਾ ਲਓ ਆਪਣੀ ਜ਼ਿੰਦਗੀ ਦਾ ਵੀ ਆਹ ਸਮਾਂ ਮੇਰੇ ਗੁਰਦੁਆਰੇ ਹੀ ਬਤੀਤ ਕਰਨਾ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼, ਤੇਰੀ ਭਾਵਨਾ ਦੀ ਲੋੜ ਹੈ, ਸਾਰਾ ਕੁਝ ਹੀ ਇੱਥੇ ਤੇਰੀ ਸ਼ਰਧਾ ਦੀ ਲੋੜ ਹੈ। ਉੱਥੇ ਜਾਏ ਸ਼ਾਇਦ ਉਹ ਕੁਝ ਨਾ ਮਿਲੇ, ਇੱਥੇ ਤੈਨੂੰ ਸਭ ਕੁਝ ਹੀ ਮਿਲ ਜਾਏਗਾ। ਉਹਨਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਜ਼ਿੰਦਗੀ ਦੇ ਨੇਮ ਬਣਾ ਲਵੋ। ਇੱਕ ਅੰਮ੍ਰਿਤ ਵੇਲੇ ਦਾ ਨਿਤ ਨੇਮ, ਗੁਰੂ ਸਾਹਿਬ ਦੀ ਹਜ਼ੂਰੀ ਜ਼ਮੀਨ ਤੇ ਬੈਠ ਕੇ ਕਰਨਾ ਹੈ। ਐਵੇਂ ਗਲੀਆਂ ਨਾਲੀਆਂ ਕੋਠਿਆਂ ਤੇ ਤੁਰਦੇ ਫਿਰਦੇ ਨਹੀਂ ਕਰੀ ਜਾਣਾ। ਮੁਸਲਮਾਨ ਦੀ ਨਮਾਜ਼ ਮੱਕੇ ਵੱਲ ਮੂੰਹ ਕਰਕੇ ਆ, ਸਾਡੀ ਨਮਾਜ਼ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਆ। ਕਈ ਕੋਠਿਆਂ ਤੇ ਰਹਿ ਰਾਸ ਕਰਦੇ ਫਿਰਦੇ ਆ, ਕੋਈ ਗਲੀਆਂ ਚ ਕਰਦੇ ਫਿਰਦੇ ਆ, ਕੋਈ ਬੈੱਡ ਤੇ ਬੈਠੇ ਕਰਦੇ ਫਿਰਦੇ ਆ, ਕੋਈ ਹਰਿਮੰਦਰ ਸਾਹਿਬ ਦੀ ਲਾ ਕੇ ਰਹਿ ਰਾਸ ਟਾਈਮ ਪਾਸ ਕਰ ਰਿਹਾ ਹੈ। ਰਹਿ ਰਾਸ ਗੁਰੂ ਸਾਹਿਬ ਦੀ ਹਜ਼ੂਰੀ ਚ ਦਾਸ ਨੂੰ ਬਾਬਾ ਜੀ ਨੇ ਸਮਤ ਦਿੱਤੀ ਹੋਈ ਸੀ ਸਵੇਰ ਦਾ ਸ਼ਾਮ ਦਾ, ਇੱਕ ਦਾਸ ਇੱਕ ਸੇਵਾ ਸਿਓ, ਅਸੀਂ ਦੋ ਜਣੇ ਹੀ ਰਹਿ ਰਾਸ ਗੁਰੂ ਸਾਹਿਬ ਦੀ ਹਜ਼ੂਰੀ ਕਰਦੇ ਸੀ। ਬੇਹੰਗ ਸਾਰੇ ਹੀ ਸੀ। ਜਦੋਂ ਮੈਂ ਕਿਤੇ ਨਾਨਕ ਸਰ ਰਹਿਣਾ ਤੇ ਮੈਂ ਗੁਰੂ ਸਾਹਿਬ ਕੋਲ ਰਹਿ ਰਾਸ ਕਰਨ ਜਾਣਾ ਤੇ ਬਾਬਾ ਸੇਵਾ ਸਿਓ, ਉਹਨਾਂ ਦਾ ਵੀ ਨੇਮ ਸੀ, ਉਹ ਵੀ ਰਹਿ ਰਾਸ ਗੁਰੂ ਸਾਹਿਬ ਦੀ ਹਜ਼ੂਰੀ ਜਾ ਕੇ ਕਰਦੇ ਸੀ। ਅੱਜ ਵੀ ਹੋਵੇ ਕਰਦੇ ਤੇ ਇਹ ਸਾਡੀ ਨਮਾਜ਼ ਮੁਸਲਮਾਨ ਕਹਿੰਦਾ ਮੇਰੀ ਨਮਾਜ਼ ਕਜਾ ਹੋ ਗਈ, ਇੱਥੇ ਹੁੰਦੀ ਅਦਾ ਨਮਾਜ਼। ਰਹਿ ਰਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਕਰੀਏ ਤੇ ਕੋਈ ਰੀਸ ਹੀ ਨਹੀਂ, ਨਹੀਂ ਤਾਂ ਗੁਰੂ ਸਾਹਿਬ ਦਾ ਆਸਣ ਲਾ ਕੇ ਗੁਰਬਾਣੀ ਦੇ ਗੁਟਕੇ ਰੱਖ ਲਓ, ਫਿਰ ਵੀ ਤੁਹਾਡੀ ਰਹਿ ਰਸ ਪਰਵਾਹ ਨਹੀਂ, ਨਹੀਂ ਤਾਂ ਫਿਰ ਜਿੱਥੇ ਬੇਵਸੀਏ ਉੱਥੇ ਧਿਆਨ ਵਿੱਚ ਸਾਰਾ ਕੁਝ ਲੈ ਆਵੋ, ਫਿਰ ਰਹਿ ਰਸ।
ਅੰਮ੍ਰਿਤ ਵੇਲੇ ਦਾ ਨਿਤ ਨੇਮ ਜੀਵਨ ਦਾ ਨੇਮ ਹੀ ਬਣਾਓ ਤੁਹਾਨੂੰ ਖਿੱਚ ਪਵੇ ਇੰਨੀ ਪ੍ਰੀਤ ਹੋਵੇ ਖਿੱਚ ਪਵੇ ਸਾਡਾ ਨਿਤ ਨੇਮ ਨਾ ਜਾਵੇ ਕੱਢ ਕੇ ਕੰਜਰੀ ਨੂੰ ਦੇ ਦੀ ਕਿ ਮੇਰਾ ਨੇਮ ਨਹੀਂ ਟੁੱਟਣਾ ਚਾਹੀਦਾ ਇਹ ਮੇਰੇ ਸਰੀਰ ਦੀਆਂ ਅੱਖਾਂ ਨੱਕ ਬਾਬਾ ਕੁੰਦਨ ਸਿੰਘ ਜੀ ਦਾ ਨੇਮ ਹੀ ਸੀ ਨਾ ਡਾਕਟਰ ਕਹਿੰਦੇ ਸੀ ਤੁਹਾਡਾ ਸਰੀਰ ਬਚ ਸਕਦਾ ਏ ਜੇ ਤੁਸੀਂ ਆਰਾਮ ਕਰੋ ਇਵੇਂ ਤੁਹਾਡਾ ਸਰੀਰ ਬੇਆਰਾਮੀ ਚ ਜਾਂਦਾ ਰਹੇਗਾ ਇੱਕ ਇੱਕ ਅੰਗ ਵਾਰਿਆ ਪ੍ਰੀਤਮ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਇੱਕ ਅੰਗ ਵਾਰਿਆ ਸਾਰੇ ਦੁੱਖ ਝੋਲੀ ਚ ਪਵਾਲੇ ਸਾਰੇ ਸੁੱਖ ਗੁਰੂ ਤੋਂ ਵਾਰਤੇ ਦੁੱਖ ਝੋਲੀ ਚ ਪਵਾਲੇ ਸੁੱਖ ਗੁਰੂ ਤੋਂ ਵਾਰੇ ਕਿਹੜੇ ਟਾਈਮ ਕਿਹੜੀਆਂ ਕਿਹੜੀਆਂ ਡਿਊਟੀਆਂ ਸੰਤ ਹਰਭਜਨ ਸਿੰਘਾਂ ਦੇ ਵਿੱਚੋਂ ਸਾਨੂੰ ਬਾਬਾ ਕੁੰਦਨ ਸਿੰਘ ਦੇ ਦਰਸ਼ਨ ਹੁੰਦੇ ਆ ਉਹ ਬਾਬਾ ਜੀ ਦੀ ਸੇਵਾ ਨਿਭਾ ਰਹੇ ਨੇ ਗੁਰੂ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਬਾਬਾ ਜੀ ਆਪਣੀ ਮਿਹਰ ਕਰਕੇ ਬਖਸ਼ਿਸ਼ ਕਰਕੇ ਲੈਣ ਜੇ ਕਿਸੇ ਨੇ ਬਾਬੇ ਕੁੰਦਨ ਸਿੰਘ ਨੂੰ ਵੇਖਣਾ ਹੈ ਨਾ ਤੇ ਬਾਬੇ ਕੁੰਦਨ ਸਿੰਘ ਦੇ ਸੇਵਕਾਂ ਚੋਂ ਵੇਖ ਲੋ ਸੰਤ ਭਜਨ ਸੋਹਣੀ ਕਿਵੇਂ ਡਿਊਟੀ ਕਰ ਰਹੇ ਆ ਸੇਵਾ ਸੋਹਣੀ ਬਾਬਾ ਗੁਰਚਰਨ ਸੋਹਣੀ ਸਾਰੇ ਸੰਤ ਜਿੰਦੂ ਜੀ ਬਾਬਾ ਜੀ ਦੇ ਬਿਹੰਗਮ ਠਾਠਾ ਚ ਬੈਠੇ ਭਾਈ ਸਾਹਿਬ ਭਾਈ ਗੁਰਗਵਾਲ ਸਿੰਘ ਜੀ ਵੱਲ ਵੇਖ ਲੋ ਬਖਸ਼ੀ ਹੋਈ ਰੂਹ ਹੋਈ ਉਹਨਾਂ ਦਾ ਕੀਰਤਨ ਸੁਣ ਕੇ ਮਨ ਲੱਗਦਾ ਹੈ ਉਹਨਾਂ ਦਾ ਉਹਨਾਂ ਦੇ ਦਰਸ਼ਨ ਕਰਕੇ ਹੀ ਮਨ ਠਰਦਾ ਹੈ ਕਿਉਂਕਿ ਹਰ ਗੱਲ ਉਹਨਾਂ ਨੇ ਰੱਬ ਦੇ ਰੰਗ ਦੀ ਕਰਨੀ ਕੋਈ ਕੀਰਤਨੀਆ ਕੋਈ ਰਾਗੀ ਢਾਡੀਏ ਬੇਰੰਗਿਆ ਨਹੀਂ ਹੈਗਾ ਸਾਰਿਆਂ ਦੇ ਮਾਇਆ ਦੇ ਰੰਗ ਚੜੇ ਹੋਏ ਆ ਉੱਤੋਂ ਜੋ ਮਰਜ਼ੀ ਦਿਖਾਈ ਆ ਪਰ ਬਾਬਾ ਕੁੰਦਨ ਸਿੰਘ ਜੀ ਦੀ ਮਿਹਰ ਹੈ ਕਿ ਉਹ ਆਪਣੇ ਸਾਹਿਬ ਦੇ ਰੰਗ ਵਿੱਚ ਜਿਹਨੇ ਬਾਬਾ ਕੁੰਦਨ ਸਿੰਘ ਨੂੰ ਵੇਖਣਾ ਨਾ ਕਿਹੋ ਜਿਹਾ ਸੁਲਝਾਣ ਸੰਤ ਸੁਲਝਾਣ ਸਿੰਘ ਨੇ ਕਿਹਾ ਸੀ ਤੂੰ ਬਾਬਾ ਆਨੰਦ ਸਿੰਘ ਦੇ ਬੜੇ ਗੁਣ ਗਾਉਣਾ ਕੀ ਹੈ ਕਹਿੰਦੇ ਮੇਰੇ ਘਰ ਆਣ ਕੇ ਵੇਖ ਲਈ ਕੀ ਹੈ ਉਹ ਜਿਹਨੇ ਬਾਬਾ ਕੁੰਦਨ ਸਿੰਘ ਨੂੰ ਵੇਖਣਾ ਹੈ ਨਾ ਬਾਬਾ ਕੁੰਦਨ ਸਿੰਘ ਦੇ ਬਖਸ਼ਿਆਂ ਦੇ ਘਰ ਵਿੱਚ ਜਾ ਕੇ ਵੇਖ ਲਓ
माता जी भी बैठे भाजी भी ने संत भजन सुनी भी ने सारे पूछो भी सेवा चल रही और जिन्हें बाबा कुंदन सिंह वेखना है ना उन्हां दे सेवकां दे कारोबारां च देख लो मेरे हर गल विच मेरा प्रीतम वसदा है मेरे हर काम विच मेरा दादा वसदा है मैं बलहारे जमै नहीं वेखदा कि बलहारे आ मैं जड़ियां रूहां पहलो हो चुकियां ने गुरु पीर मेरा ना तो रोम रोम गुण सिखा तो बलहारे पर मेरा मैं तो अज दे गुण सिखा तो बलहारा जिन्हां दे मखा नाल दर्शन करा अज मैं अज जिहड़े गुरमुख ने मैं उन्हां तो बलहारा मैं तो अज की गल करांगा मैनू कल दी नाल की है सानू जो अज मिले है ना असी अज तो बलहार आ किंदी कृपा है इस वेले बैठे आ सारे समया दे फसली बटेरे होंदे आ बस फसल पक्की ते खादी दे तुर गए आ वेले कोई नहीं पैंदा ये जिन्हू बाबा नानक बिठावे बाबा नानक सिंह नू पुछो एक रैन सवाई महीने दी की चीज है एक साल दी रैन सवाई गुरु नानक देव तार तुरब दी कहिंदे सी पूरे साल दा फाले पूरे साल दा ते जिथे बाबा नानक सिंह रोज ही रैन सवाईयां कराई जाए चाहे वह पुलिस वाले ही है ना उन्हें बराबर कोई साधु नहीं गा इन्ने रंग चढ़े उन्होंने नितनेम के पुछो साहब ने बहुत बाबा खेम सिंह जी ने जिन्होंने कृपा की जाग लाई वो बड़े बड़े अवसर बन के भी अखंड पाठ ही कराई जाते हैं नितनेम ही करी जाते दसवंधी गुरु के लेखे लाई जाते कोई शोर शराबे नाल नहीं बख्शियां रूहां वाले विरले जग आउंदे ने विरले जग आउंदे ने बख्शियां रूहां